ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ 'ਤੇ ਸਵਾਗਤ ਹੈ। ਅੱਜ ਦੇ ਅਪਲੋਡ ਲੈ ਗਏ ਹਾਂ ਗੁਲਾਂ ਵਾਲੀ ਪੱਗ ਜੀ ਲੈਂਥ 7.5 ਮੀਟਰ ਕੱਪੜਾ ਜਿਹੜਾ ਫੁੱਲ ਵੱਤ ਹੈ, ਜਿਹੜਾ ਆਪਾਂ ਪੈਲਰ ਲਗਾਉਣਾ ਸੱਦੇ ਸੈਂਟਰ 'ਚੋਂ ਲੈ ਕੇ ਆਉਣਾ ਲੜ ਨੂੰ, ਉਹਨੀ ਅਕਲ ਤੋਂ ਬਾਅਦ ਥੱਲੇ ਰੱਖ ਕੇ ਬੰਦ ਪਾਸੋਂ ਉੱਤਰ ਕੇ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਜਿਹੜੇ ਆਪਾਂ ਉਂਗਲੀ ਅੰਗੂਠੇ ਨਾਲ ਜਿਹੜੇ ਆਪਾਂ ਵਾਲ ਜਿਹੜੇ ਇਕੱਠੇ ਕਰਦੇ ਹਾਂ, ਉਂਗਲੀ ਦੇ ਅੰਗੂਠੇ ਨਾਲ ਜਿਹੜੇ ਆਪਾਂ ਵਾਲ ਇਕੱਠੇ ਕਰਕੇ ਅੱਧੀ ਅੱਖ ਅੱਧੀ ਗਲਡਾ ਕਿਹੜਾ ਪਲੜ ਨੂੰ ਵਾਲ ਜਿਹੜੇ ਉਹ ਲੋਡ ਕਰਕੇ ਵਾਲਾਂ 'ਚ ਜਿਹੜਾ ਆਪਾਂ ਕਾਸ ਪਾ ਕੇ ਜਿਹੜਾ ਲੜ ਨੂੰ ਲਗਾ ਦੇਣਾ। ਪਹਿਲੀ ਲੜ ਵਿੱਚ ਜਿਹੜੇ ਆਪਾਂ ਵਾਲ ਨੇ ਘੱਟ ਪਾਵਾਂਗੇ ਅਤੇ ਲੜ ਨੂੰ ਜਿਹੜਾ ਆਪਾਂ ਜ਼ਿਆਦਾ ਪਤਲਾ ਨਹੀਂ ਕਰਾਂਗੇ। ਜੇ ਆਪਾਂ ਲੜ ਨੂੰ ਜ਼ਿਆਦਾ ਪਤਲਾ ਕਰ ਦਿੰਦੇ ਹਾਂ ਤਾਂ ਜਿਹੜਾ ਆਪਣਾ ਲੜਾ ਉਹ ਅੱਖ ਤੋਂ ਵਾਰ ਵਾਰ ਖਿਸਕੀ ਜਾਵੇਗਾ। ਅਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ, ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ, ਪੁਣੀ ਉਹਦਾ ਬਾਅਦ ਥੱਲੇ ਰੱਖ ਕੇ ਬੰਦ ਪਾਸ ਉੱਤਰ ਰੱਖ ਕੇ ਉੱਪਰੋਂ ਜਿਹੜਾ ਚਾਰ ਉਂਗਲੀ ਨਾਲ ਜਿਹੜਾ ਲੜ ਨੂੰ ਉੱਪਰੋਂ ਲੋਡ ਕਰਨਾ। ਉੱਪਰੋਂ ਲੋਡ ਕਰਕੇ ਫਿਰ ਉਂਗਲੀ ਦੇ ਅੰਗੂਠੇ ਨਾਲ ਜਿਹੜੇ ਆਪਾਂ ਵਾਲ ਜਿਹੜੇ ਇਕੱਠੇ ਕਰਨੇ ਨਾ, ਉਂਗਲੀ ਦੇ ਅੰਗੂਠੇ ਨਾਲ ਜਿਹੜੇ ਆਪਾਂ ਵਾਲ ਇਕੱਠੇ ਕਰਕੇ ਅਤੇ ਫਿਰ ਵਾਲਾਂ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਜਿੱਥੇ ਆਪਣੇ ਪਹਿਲੇ ਵਾਲੇ ਦੇ ਵਾਲ ਮੁੱਕ ਦੇਣਗੇ ਉੱਥੇ ਜਿਹੜਾ ਲੜ ਨੂੰ ਲੋਡ ਕਰਕੇ ਉੱਪਰੋਂ ਜਿਹੜਾ ਲੜ ਨੂੰ ਦੱਬ ਕੇ ਲਗਾਉਣਾ ਹੈ। ਅਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਲੜ ਲਗਾਉਣਾ, ਲੜਨ ਬੈਕ ਤੋਂ ਪਿੰਚ ਕਰ ਲੈਣਾ, ਆਪਣੀ ਅਹਲ ਦਾ ਬਾਅਦ ਥੱਲੇ ਰੱਖ ਕੇ ਬੰਨ ਪਾਸੇ ਉੱਤਰ ਰੱਖ ਕੇ ਚਾਰ ਉਂਗਲੀਆਂ ਨਾਲ ਜਿਹੜਾ ਲੜਨ ਉੱਪਰੋਂ ਲੋਡ ਕਰਨਾ। ਚਾਰ ਉਂਗਲੀਆਂ ਨਾਲ ਜਿਹੜਾ ਲੜਨ ਉੱਪਰੋਂ ਲੋਡ ਕਰਕੇ ਉਂਗਲੀ ਦੇ ਅੰਗੂਠੇ ਜਿਹੜੇ ਆਪਾਂ ਵਾਲ ਜਿਹੜੇ ਇਕੱਠੇ ਕਰਨੇ ਹਨ, ਉਂਗਲੀ ਦੇ ਅੰਗੂਠੇ ਨਾਲ ਜਿਹੜੇ ਆਪਾਂ ਵਾਲ ਜਿਹੜੇ ਇਕੱਠੇ ਕਰਕੇ ਜਿੱਥੇ ਆਪਾਂ ਪੱਲੜ ਟਕਾਇਆ ਸੀ ਉੱਥੇ ਜਿਹੜਾ ਲੜ ਨੂੰ ਟਕਾ ਕੇ ਉਹਦੇ ਵਾਲ ਜਿਹੜੇ ਉਹ ਲੋਡ ਕਰਕੇ ਜਿੱਥੇ ਆਪਣੇ ਪੱਲੜ ਦੇ ਵਾਲ ਮੁੱਕ ਦੇਣਗੇ ਉੱਥੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਵਾਲ ਜਿਹੜੇ ਉਹ ਲੋਡ ਕਰਕੇ ਜਿਹੜਾ ਲੜਨ ਲਗਾਉਣਾ ਹੈ, ਉੱਪਰੋਂ ਜਿਹੜਾ ਲੜਨ ਦੱਬ ਲੈਣਾ ਹੈ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਪਿੱਛੇ ਤੱਕ ਜਿਹੜਾ ਲੜਨ ਲਗਾ ਦੇਣਾ ਹੈ। ਅਗਲਾ ਜਿਹੜਾ ਪਲੜ ਲਾਉਣਾ, ਲੜਨ ਬੈਕ ਤੋਂ ਪਿੰਚ ਕਰ ਲੈਣਾ, ਪੁਣੀ ਦਾ ਖੁੱਲ੍ਹ ਦੇ ਬਾਅਦ ਥੱਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਲੈਣਾ। ਦੋ ਹੀ ਪੱਲਿਆਂ 'ਚ ਪਹਿਲੇ ਪੱਲੇ ਨੂੰ ਜ਼ਿਆਦਾ ਖੋਲ੍ਹ ਲੈਣਾ, ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਉੱਪਰੋਂ ਜਿਹੜਾ ਲੜਨ ਨੂੰ ਲੋਡ ਕਰਨਾ ਹੈ। ਉੱਪਰੋਂ ਜਿਹੜਾ ਲੜਨ ਨੂੰ ਲੋਡ ਕਰਕੇ ਉਂਗਲੀ ਦੇ ਅੰਗੂਠੇ ਨਾਲ ਜਿਹੜੇ ਆਪਾਂ ਵਾਲ ਜਿਹੜੇ ਇਕੱਠੇ ਕਰਕੇ ਅਤੇ ਉੱਪਰੋਂ ਜਿਹੜਾ ਲੜਨ ਦੱਬ ਕੇ ਫਿਰ ਜਿੱਥੇ ਆਪਣੇ ਪਹਿਲੇ ਵਾਲੇ ਦੇ ਵਾਲ ਮੁੱਕ ਦੇਣਗੇ ਉੱਥੇ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਵਾਲ ਜਿਹੜੇ ਉਹ ਲੋਡ ਕਰਕੇ ਜਿਹੜਾ ਲੜਨ ਨੂੰ ਲਗਾਉਣਾ ਹੈ। ਅਤੇ ਨਾਲ ਨਾਲ ਬਾਕੀ ਪੱਗ ਜਿਹੜੀ ਆਪਾਂ ਸਾਰੀਆਂ ਕਰ ਲੈਣੀਆਂ। ਅਤੇ ਅਗਲਾ ਜਿਹੜਾ ਲੜਾ ਲਾਉਣਾ, ਲੜਨ ਬੈਕ ਤੋਂ ਪਿੰਚ ਕਰ ਲੈਣਾ, ਪੁਣੀ ਅਖਲ ਦੇ ਬਾਅਦ ਥੱਲੇ ਰੱਖ ਕੇ ਬੰਨ ਪਾਸੋਂ ਉੱਤਰ ਰੱਖ ਕੇ ਉਂਗਲੀ ਦੇ ਅੰਗੂਠੇ ਨਾਲ ਜਿਹੜੇ ਆਪਾਂ ਵਾਲ ਇਕੱਠੇ ਕਰਕੇ ਲੜਨ ਨੂੰ ਉੱਪਰੋਂ ਲੋਡ ਕਰਕੇ ਅਤੇ ਵਾਲ ਜਿਹੜੇ ਉਹ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ।
ਅਤੇ ਨਾਲ ਦੇ ਨਾਲ ਬਾਕੀ ਪੱਗ ਜਿਹੜੀ ਆਪਾਂ ਥਰੈਡਿੰਗ ਕਰ ਲੈਣੀ ਹੈ। ਅਤੇ ਜਿਹੜੇ ਆਪਣੇ ਲੜ ਲਗਾਈ ਸੀ ਉਹਨਾਂ ਜਿਹੜੇ ਆਪਾਂ ਵਲ ਪਾਏ ਸੀ ਉਹਨਾਂ ਜਿਹੜੀ ਆਪਾਂ ਥਰੈਡਿੰਗ ਕਰ ਲੈਣੀ ਆ। ਅਤੇ ਨਾਲ ਦੇ ਨਾਲ ਬਾਕੀ ਪੱਗ ਜਿਹੜੀ ਆਪਾਂ ਥਰੈਡਿੰਗ ਕਰੀ ਜਾਣੀ ਹੈ। ਅਤੇ ਜਿਹੜੇ ਹੁਣ ਆਪਾਂ ਲੜ ਲਏ ਸੀ ਉਹਨਾਂ ਜਿਹੜਾ ਤੁਸੀਂ ਸੰਘਣੀ ਕਰ ਲਈ ਸੂਈ ਜਾਂ ਬਾਜ ਜਿਹੜਾ ਆਪਣਾ ਪੱਕਪਣ ਵਰਤ ਸਕਦੇ ਹੋ। ਅਤੇ ਨਾਲ ਜਿਹੜਾ ਬਾਕੀ ਪੱਗ ਜਿਹੜੀ ਆਪਾਂ ਥਰੈਡਿੰਗ ਕਰੀ ਜਾਣੀ ਹੈ। ਅਤੇ ਜਿਹੜਾ ਪੱਗ ਲੜ ਲਗਾਉਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ, ਪੁਣੀ ਲਾਹੌਲ ਦਾ ਬਾਅਦ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰ ਉਂਗਲੀ ਨਾਲ ਜਿਹੜਾ ਲੜਨ ਨੂੰ ਉੱਪਰ ਲੋਡ ਕਰਨਾ। ਅਤੇ ਫਿਰ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰੇ ਨੱਕ ਦੀ ਸੀ ਜਿਹੜਾ ਆਪਾਂ ਲੜਨ ਨੂੰ ਫੋਲਡ ਕਰਕੇ ਉੱਪਰ ਜਿਹੜਾ ਲੜਨ ਨੂੰ ਲੋਡ ਕਰਕੇ ਅਤੇ ਲੜ ਨੂੰ ਡਬਲ ਫੋਲਡ ਕਰਾਂਗੇ। ਲੜਨ ਨੂੰ ਡਬਲ ਫੋਲਡ ਕਰਕੇ ਜਿਹੜੀ ਆਪਣੀ ਸ਼ੇਪ ਉਹ ਲੋਡ ਕਰਕੇ ਜਿਹੜਾ ਲੜਨ ਲਗਾ ਲੈਣਾ। ਜਿਹੜੇ ਆਪਣੀ ਸ਼ੇਪ ਉਹ ਲੋਡ ਕਰਕੇ ਜਿਹੜਾ ਲੜਨ ਲਗਾ ਲੈਣਾ ਹੈ। ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਪੱਗ ਬਿੰਨ ਲਗਾਉਣਾ ਨੱਕ ਦੀ ਸੀ ਜਿਹੜਾ ਆਪਾਂ ਪੱਗ ਬਿੰਨ ਲਗਾਉਣਾ ਜਿੱਥੇ ਆਪਾਂ ਛੇਵੇਂ ਲੜ ਫੋਲਡ ਕਰੇ ਉਹ ਤੋਂ ਥੋੜ੍ਹਾ ਜਿਹਾ ਗਾਹਾਂ ਕਰਕੇ ਜਿਹੜਾ ਆਪਾਂ ਪੱਗ ਬਿੰਨ ਲਗਾਉਣਾ ਹੈ। ਫਿਰ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਕਲਗੀ ਲੜ ਨੂੰ ਅੱਧਾ ਉੱਤੇ ਅੱਧੇ ਥੱਲੇ ਫੋਲਡ ਕਰ ਲੈਣ ਨੂੰ ਬੈਗ 'ਤੇ ਚੜਾਈ ਚਲੇ ਜਾਣਾ, ਮੂਹਰੇ ਲਿਆ ਕੇ ਆਪਾਂ ਦੀ ਚੜਾਈ ਘਟਾ ਦੇਣੀ ਆ ਅਤੇ ਉਹਦੀ ਇੱਕ ਟੈਪ ਦੀ ਪੂਣੀ ਬਣ ਜਾਵੇਗੀ। ਜੇ ਆਪਾਂ ਉਸਨੂੰ ਅੱਧਾ ਉੱਤੇ ਅੱਧੇ ਥੱਲੇ ਫੋਲਡ ਕਰਕੇ ਉਹਦੀ ਇੱਕ ਟੈਪ ਦੀ ਪੂਣੀ ਬਣਾ ਕੇ ਅਤੇ ਲੜ ਨੂੰ ਸਾਫ ਕਰ ਲੈਣਾ ਅਤੇ ਉਹਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਜਿਹੜੇ ਕੱਢ ਲੈਣੇ ਹਨ। ਜਿਹੜੇ ਉੱਪਰ ਵਾਲ ਹੋਣਗੇ ਉਹਨਾਂ ਨੂੰ ਆਪਾਂ ਵਾਲ ਨਾਲ ਕੱਢ ਕੇ ਫਿਰ ਪੱਗ ਬੰਨ੍ਹ ਦੇ ਥੱਲੇ ਰੱਖਾਂਗੇ ਲੜ ਨੂੰ। ਪੱਗ ਬੰਨ੍ਹ ਦੇ ਥੱਲੇ ਰੱਖ ਕੇ ਪੱਗ ਬੰਨ੍ਹ ਦੇ ਥੱਲੇ ਰੱਖ ਕੇ ਆਪਾਂ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ। ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿੰਨੀ ਤੁਸੀਂ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਨੀ ਚੜਾਈ ਰੱਖ ਕੇ ਜਿਹੜੀ ਆਪਣੀ ਸ਼ੇਪ ਉਹ ਲੋਡ ਕਰਕੇ ਜਿਹੜਾ ਲੜਨ ਲਗਾ ਲੈਣਾ। ਜਿਹੜਾ ਉੱਪਰ ਉੱਪਰ ਲੜ ਜਿਹੜਾ ਦੱਬ ਲੈਣਾ ਹੈ, ਜੇ ਤੁਹਾਡਾ ਲੜ ਉੱਪਰ ਖਿਸਕ ਜਾਂਦਾ ਜਾਂ ਘੜੇ ਤਾਂ ਤੁਸੀਂ ਦੋ ਜਾਂ ਤਿੰਨ ਪੱਗ ਵਿਹੜੇ ਲੜਨ ਟਕਾਉਣ ਵਾਸਤੇ ਲਗਾ ਸਕਦੇ ਹੋ।
ਜਿਹੜਾ ਆਪਾਂ ਸੈੱਟ ਢਕਣਾ, ਜਿਹੜਾ ਆਪਾਂ ਪਲੜੀ ਸਦੇ ਸੈਂਟਰ 'ਚੋਂ ਉਹਨੂੰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫੈਲਾ ਦੇਣਾ ਹੈ। ਫੈਲਾਉਣ ਤੋਂ ਬਾਅਦ ਅਤੇ ਇੱਕ ਵਾਰ ਖਿੱਚਾਂਗੇ, ਖਿੱਚਣ ਤੋਂ ਬਾਅਦ ਜਿੱਥੋਂ ਕਿਤੋਂ ਸਰ ਨਗ ਰਹੇ ਤਾਂ ਉੱਥੋਂ ਬੜਬਲ ਜਿਹੀਆਂ ਦੇ ਕੇ ਜਿਹੜਾ ਆਪਾਂ ਸਿਰ ਉਹ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਸਿਰ ਉਹ ਟਾਇਟ ਕਵਰ ਕਰ ਲੈਣਾ ਹੈ। ਸਿਰ ਜਿਹੜਾ ਆਪਾਂ ਚੰਗੀ ਤਰ੍ਹਾਂ ਟਾਇਟ ਕਵਰ ਕਰਕੇ ਜਿਹੜਾ ਬੈਗ ਦੜ ਲਗਾਉਣਾ, ਅੱਧਾ ਸੱਜੋ ਅੱਧਾ ਖੱਬੇ ਫੋਲਡ ਕਰ ਲੜਨ ਨੂੰ, ਅੱਧਾ ਸੱਜੋ ਤੱਕ ਫੋਲਡ ਕਰਕੇ ਜਿਹੜਾ ਆਪਾਂ ਲੜਨ ਨੂੰ ਬੈਗ 'ਤੇ ਦੱਬਣਾ। ਜਲਦੀ ਮੁੜ ਲੈ ਕੇ ਹਾਜ਼ਰ ਹੁੰਦੇ ਹਾਂ। ਵੀਡੀਓ ਦੇਖ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।